ਦੱਸਣਾ ਚਾਹੁੰਦੇ ਕਿ ਸਿਆਸਤ ਦਾ ਸਫ਼ਰ ਤੁਹਾਡਾ ਕਿੱਦਾਂ ਸ਼ੁਰੂ ਹੋਇਆ ਤੇ ਉਸ ਤੋਂ ਪਹਿਲਾਂ ਤੁਸੀਂ ਕੀ ਕਾਰੋਬਾਰ ਕਰਦੇ ਸੀ? ਔਰ ਪਿਛੋਕੜ ਮੇਰਾ ਸੀ, ਦਾਦੀ ਜੀ ਮੇਰੇ ਦਾਦਾ ਜੀ ਸੇਵਾਦਾਰ ਸੀ, ਔਰ ਦਾਦੀ ਜੀ ਮੇਰੇ ਗ੍ਰੰਥੀ ਸੀ। ਜਦੋਂ ਬੰਦਾ ਜ਼ਮੀਨ ਤੋਂ ਉੱਠ ਕੇ ਤਾਂ ਉੱਪਰ ਨੂੰ ਜਾਣ ਲੱਗਦਾ, ਉਹਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਕੁਝ ਮੇਰੇ ਨਾਲ ਵੀ ਹੋਇਆ। ਪਹਿਲਾ ਦੌਰ 10-15 ਸਾਲ ਲੰਘਿਆ, ਨਸ਼ੇ ਦਾ ਦੌਰ ਜਿਹੜਾ ਲੰਘ ਚੁੱਕਿਆ, ਔਰ ਮੈਂ ਹੁਣ ਕੁਝ ਸ਼ਾਂਤੀ ਹੋਈ ਹੈ ਕੁਝ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਖਪ੍ਰੀਤ ਕੌਰ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਪ੍ਰੋਗਰਾਮ ਮੇਲ ਮਿਲਾਪ 'ਚ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੋੜੂ, ਅਤੇ ਆਓ ਤੁਹਾਨੂੰ ਮਿਲਵਾਉਂਦੇ ਹਾਂ ਇੱਥੋਂ ਦੇ ਮੀਤ ਪ੍ਰਧਾਨ ਕਮੇਟੀ ਦੇ ਪ੍ਰੈਜ਼ੀਡੈਂਟ ਸਰਦਾਰ ਅਰਜਨ ਸਿੰਘ ਜੀ ਦੇ ਨਾਲ, ਅਤੇ ਜਾਣਦੇ ਹਾਂ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਤੁਹਾਡਾ ਵੀ ਇੱਥੇ ਆਇਆਂ ਨੂੰ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸਾਡੇ ਨਗਰ ਸਾਡੇ ਘਰ ਪਹੁੰਚੇ ਜੇ, ਅਤੇ ਤੁਹਾਡੇ ਚੈਨਲ ਵਾਲਿਆਂ ਦਾ, ਤੁਹਾਡੀ ਸਾਰੀ ਟੀਮ ਦਾ ਜੀ ਤਹਿ ਦਿਲੋਂ ਧੰਨਵਾਦ ਹੈ ਜੀ। ਥੈਂਕ ਯੂ ਸਰ। ਸਰ, ਸਾਡੇ ਦਰਸ਼ਕ ਜਾਣਨਾ ਚਾਹੁੰਦੇ ਕਿ ਸਿਆਸਤ ਦਾ ਸਫ਼ਰ ਤੁਹਾਡਾ ਕਿੱਦਾਂ ਸ਼ੁਰੂ ਹੋਇਆ ਅਤੇ ਉਸ ਤੋਂ ਪਹਿਲਾਂ ਤੁਸੀਂ ਕੀ ਕਾਰੋਬਾਰ ਕਰਦੇ ਸੀ? ਸਿਆਸਤ ਦਾ ਸਫ਼ਰ ਜੀ ਸਾਡਾ ਕੋਈ ਪਿਛੋਕੜ ਤਾਂ ਸਿਆਸੀ ਜਿਹੜਾ ਸਾਡਾ ਨਹੀਂ ਸੀ ਜੀ, ਅਤੇ ਅਸੀਂ ਧਾਰਮਿਕ ਪਰਿਵਾਰ 'ਚੋਂ ਬਿਲੋਂਗ ਕਰਦੇ ਹਾਂ। ਸਾਰੇ ਪਰਿਵਾਰ ਸਾਡਾ ਜੀ, ਅਸੀਂ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਔਰ ਪਿਛੋਕੜ ਮੇਰਾ ਸੀ, ਦਾਦੀ ਜੀ ਮੇਰੇ ਦਾਦਾ ਜੀ ਸੇਵਾਦਾਰ ਸੀ, ਉਹ ਦਾਦੀ ਜੀ ਮੇਰੇ ਗ੍ਰੰਥੀ ਹੈੱਡ ਗ੍ਰੰਥੀ ਸਨ, ਗੁਰਦੁਆਰਾ ਸ਼ਹੀਦ ਭਾਈ ਬਹੋੜੂ ਜੀ, ਜੋ ਸਾਡੇ ਨਗਰ ਵਿੱਚ ਸਾਡੇ ਪਿੰਡ ਦਾ ਨਾਮ ਵੀ ਉਹਨਾਂ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਜੀ। ਅਤੇ ਉਹਨਾਂ ਕੋਲ 50 ਸਾਲ ਹੈੱਡ ਗ੍ਰੰਥੀ ਦੀ ਸੇਵਾ ਕੀਤੀ। ਫਿਰ ਮੇਰੇ ਚਾਚਾ ਜੀ ਆਏ, ਸਰਦਾਰ ਸੂਬਾ ਸਿੰਘ ਜੀ, ਉਹਨਾਂ 15-20 ਸਾਲ ਉਹ ਵੀ ਲਗਭਗ ਇੱਥੇ ਸੇਵਾ ਨਿਭਾ ਚੁੱਕੇ ਗੁਰਦੁਆਰਾ ਸਾਹਿਬ। ਉਸ ਤੋਂ ਬਾਅਦ ਮੈਂ ਵੀ 5-7 ਸਾਲ ਪੜ੍ਹਾਈ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਸੇਵਾ ਇਸੇ ਗ੍ਰੰਥੀ ਦੀ ਕਰਦਾ ਰਿਹਾ ਜੀ। ਅਤੇ ਸਿਆਸੀ ਪਿਛੋਕੜ ਕੁਝ ਮਜਬੂਰੀਆਂ ਲਾ ਲਓ, ਕਾਰੋਬਾਰ ਦੇ ਵਿੱਚ ਲਾ ਲਓ, ਕੁਝ ਪਿੰਡ ਪੱਧਰ 'ਤੇ ਤੁਹਾਨੂੰ ਪਤਾ ਕੋਈ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ, ਜਿਸ ਕਾਰਨ ਸਿਆਸਤ ਦੇ ਵੱਲ ਵੀ ਝੁਕਾਅ ਕਰਨਾ ਪਿਆ। ਸਿਆਣੇ ਕਹਿੰਦੇ ਆ ਵੀ ਧਾਰਮਿਕ ਦੇ ਨਾਲ ਨਾਲ ਸਿਆਸੀ ਹੋਣਾ ਵੀ ਬਹੁਤ ਜ਼ਰੂਰੀ ਆ। ਉਸ ਤਰ੍ਹਾਂ ਤਾਂ ਤੁਹਾਨੂੰ ਪਤਾ ਵੀ ਜੇ ਕੋਈ ਬੰਦਾ ਜ਼ਮੀਨ ਤੋਂ ਉੱਠ ਕੇ ਤਾਂ ਉੱਪਰ ਨੂੰ ਜਾਣ ਲੱਗਦਾ, ਉਹਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਕੁਝ ਮੇਰੇ ਨਾਲ ਵੀ ਹੋਇਆ ਜੀ। ਅਤੇ ਅਸੀਂ ਫਿਰ ਇਸ ਬੰਨੇ ਰਸਤਾ ਚੂਜ਼ ਕੀਤਾ, ਕਾਂਗਰਸ ਪਾਰਟੀ ਵਾਲੀ ਸਾਈਡ ਅਸੀਂ ਚੱਲੇ। ਸਾਨੂੰ ਵਧੀਆ ਲੱਗੀ ਪਾਰਟੀ ਸਾਡੀ, ਬਹੁਤ ਵਧੀਆ, ਅੱਜ ਤੱਕ ਕੋਈ ਸ਼ਿਕਾਇਤ ਨਹੀਂ ਮੈਨੂੰ ਆਪਣੀ ਪਾਰਟੀ ਦੇ ਨਾਲ, ਬੜਾ ਮਾਣ, ਬਹੁਤ ਸਤਿਕਾਰ ਦਿੱਤਾ ਪਾਰਟੀ ਨੇ। ਹਾਂਜੀ ਸਰ, ਜਿੱਦਾਂ ਕਿ ਤੁਸੀਂ ਇਹ ਦੱਸ ਰਹੇ ਹੋ ਕਿ ਮੈਂ ਬਹੁਤ ਸਟਰਗਲ ਕੀਤਾ ਲਾਈਫ ਦੇ ਵਿੱਚ ਇੱਥੋਂ ਤੱਕ ਪਹੁੰਚਣ ਲਈ, ਠੀਕ ਹੈ, ਤੁਹਾਨੂੰ ਫੈਮਿਲੀ 'ਚੋਂ ਕਿੰਦੀ ਕਿੰਦੀ ਸਪੋਰਟ ਰਹੀ ਹੈ? ਫੈਮਿਲੀ 'ਚੋਂ ਸਭ ਤੋਂ ਵੱਧ ਸਪੋਰਟ ਤਾਂ ਮੇਰੀ ਵਾਈਫ ਦੀ ਰਹੀ ਹੈ, ਮੇਰੇ ਪਰਿਵਾਰ ਦੀ ਰਹੀ ਹੈ। ਮੇਰੇ ਫਾਦਰ ਸਾਹਿਬ, ਉਹਨਾਂ ਦੀ ਚਲੋ ਡੈਥ ਹੋ ਗਈ ਆ, ਸਾਰੇ ਮੇਰੀ ਫੈਮਿਲੀ ਦੀ ਮੈਨੂੰ ਬਹੁਤ ਸਪੋਰਟ ਰਹੀ ਹੈ। ਔਰ ਸਭ ਤੋਂ ਵੱਧ ਮੇਰੇ ਯਾਰਾਂ ਦੋਸਤਾਂ ਮਿੱਤਰਾਂ, ਮੇਰੇ ਨਗਰ ਨਿਵਾਸੀਆਂ ਦੀ, ਉਹਨਾਂ ਦੀ ਮੈਨੂੰ ਬਹੁਤ ਸਪੋਰਟ ਮਿਲੀ ਆ। ਅੱਜ ਉਹਨਾਂ ਦੀ ਬਦੌਲਤ ਇੱਥੋਂ ਤੱਕ ਪਹੁੰਚਿਆ ਜੀ, ਐਜ਼ ਏ ਮਾਰਕੀਟ ਕਮੇਟੀ ਡਾਇਰੈਕਟਰ, ਜੋ ਮੈਨੂੰ ਸਰਦਾਰ ਤਰਸੇਮ ਸਿੰਘ DC ਜੀ ਦੇ ਸਾਡੇ ਹਲਕਾ ਵਿਧਾਇਕ ਹਨ, ਉਹਨਾਂ ਦਾ ਆਸ਼ੀਰਵਾਦ ਆਪਾਂ ਨੂੰ ਮਿਲਿਆ। ਉਹਨਾਂ ਵੀ ਇਸ ਅਹੁਦੇ 'ਤੇ ਮਾਣ ਬਖਸ਼ਿਆ ਸਰਕਾਰ ਨੇ, ਅਤੇ ਨਾਲ ਐਜ਼ ਏ ਮੀਤ ਪ੍ਰਧਾਨ ਡਿਸਟ੍ਰਿਕਟ ਕਾਂਗਰਸ ਕਮੇਟੀ ਅੰਮ੍ਰਿਤਸਰ ਰੂਲਰ ਐਜ਼ ਕੰਮ ਸੇਵਾ ਨਿਭਾ ਰਹੇ ਹਾਂ ਪਾਰਟੀ ਦੇ ਵਿੱਚ ਜੀ। ਸਰ, ਤੁਹਾਡੀ ਲਾਈਫ 'ਚ ਤੁਹਾਡਾ ਆਈਡਲ ਕੌਣ ਹੈ, ਤੁਹਾਨੂੰ ਕਿਹਦੇ ਤੋਂ ਪ੍ਰੇਰਨਾ ਮਿਲਦੀ ਹੈ? ਇਹ ਪ੍ਰੇਰਨਾ ਜੀ ਮੇਰੇ ਮਾਣਯੋਗ, ਸਤਿਕਾਰਯੋਗ ਮੇਰੇ ਜੋ ਦਾਦੀ ਜੀ ਇਸ ਦੁਨੀਆ ਤੋਂ ਸਵਰਗਵਾਸ ਹੋ ਚੁੱਕੇ ਆ,
ਇਹ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਅੱਜ ਅਸੀਂ ਚੱਲ ਰਹੇ ਹਾਂ। ਉਹਨਾਂ ਨੇ ਇਹ ਰਸਤਾ ਸੇਵਾ ਦਾ ਵੀ ਤੁਸੀਂ ਆਪਣੇ ਪਰਿਵਾਰ ਨੂੰ ਕਿਸ ਤਰ੍ਹਾਂ ਪਾਲਣਾ, ਨਗਰ ਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ, ਗੁਰੂ ਘਰ ਕਿਸ ਤਰ੍ਹਾਂ ਚੱਲਣਾ। ਔਰ ਤੁਸੀਂ ਜੋ ਆਈਡਲ ਦੀ ਗੱਲ ਕੀਤੀ, ਮੇਰੇ ਆਈਡਲ ਤਾਂ ਮੇਰੇ ਦਾਦੀ ਜੀ ਸੀ। ਮੇਰਾ ਪਰਿਵਾਰ ਜਿਹੜਾ ਮੇਰੇ ਮੁੱਖ ਸੇਵਾਦਾਰ ਸੀ, ਉਹ ਨਗਰ ਦੀ ਸੇਵਾ ਦੇ ਹਰ ਵਕਤ ਤਤਪਰ ਰਹਿੰਦੇ ਸੀ। ਉਸੇ ਲਗਨ ਨੂੰ ਲੜੀ ਨੂੰ ਜੋੜਦੇ ਹੋਏ ਅੱਜ ਮੈਂ ਵੀ ਇਸੇ ਹੀ ਮੁਕਾਮ 'ਤੇ ਜਾ ਰਿਹਾ ਵਾਂ। ਔਰ ਗੁਰਦੁਆਰਾ ਸਾਹਿਬ ਜੋ ਸਾਡੇ ਪਿੰਡ ਸੁਸ਼ੋਭਿਤ ਆ, ਸ਼ਹੀਦ ਭਾਈ ਬਹੋੜੂ ਜੀ ਦਾ, ਅੱਜ ਉੱਥੇ ਵੀ ਜੋ ਪ੍ਰਬੰਧਕ ਕਮੇਟੀ ਆ ਉਸ ਦੀ ਨਿਗਰਾਨੀ ਵੀ ਸੰਗਤ ਦੇ ਨਾਲ ਮੈਂ ਕਰ ਰਿਹਾ ਜੀ। ਔਰ ਨਾਲ ਦੇ ਨਾਲ ਪਿੰਡ ਦੇ ਵਿੱਚ ਜੋ ਪਿੰਡ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ, ਮੈਂ ਕੋਈ ਸਰਪੰਚ ਜਾਂ ਮੈਂਬਰ ਤਾਂ ਨਹੀਂ, ਚਲੋ ਖੈਰ ਉਹ ਤਾਂ ਨਗਰ 'ਤੇ ਡਿਪੈਂਡ ਕਰਦਾ ਕਿਸ ਨੂੰ ਬਣਾਉਣਾ ਕਿਸ ਨੂੰ ਨਹੀਂ। ਪਾਤਸ਼ਾਹ ਨੇ ਅਤੇ ਮੇਰੀ ਪਾਰਟੀ ਨੇ ਬੜਾ ਮਾਣ ਬਖਸ਼ਿਆ, ਬੜੇ ਵੱਡੇ ਅਹੁਦੇ 'ਤੇ ਬਿਠਾਇਆ ਜੀ। ਉਸ ਦੇ ਹਿਸਾਬ ਦੇ ਨਾਲ ਜੋ ਵੀ ਮੇਰੇ ਕੋਲ ਨਗਰ ਵਾਸਤੇ, ਮੇਰੇ ਪਿੰਡ ਵਾਸਤੇ ਜੋ ਵੀ ਮੈਂ ਕਰ ਸਕਦਾ, ਆਪਣੀ ਜਿੰਦ ਜਾਨ ਲਾ ਕੇ ਵੀ, ਉਹ ਵੀ ਮੈਂ ਆਪਣੇ ਨਗਰ ਵਾਸਤੇ ਕਰਨ ਨੂੰ ਬਿਲਕੁਲ ਤਿਆਰ ਹਾਂ, ਔਰ ਕਰੂੰਗਾ ਵੀ, ਕਰ ਵੀ ਰਹੇ ਹਾਂ ਔਰ ਕਰਾਂਗੇ ਵੀ। ਸਰ, ਅਸੀਂ ਤੁਹਾਡੇ ਪਿੰਡ ਆਏ ਅਤੇ ਲੋਕਾਂ ਨੇ ਤੁਹਾਡਾ ਨਾਮ ਲਿੱਤਾ, ਤੁਸੀਂ ਅੱਜ ਲੋਕਾਂ ਦੇ ਦਿਲਾਂ ਵਿੱਚ ਇੱਕ ਪਹਿਚਾਣ ਬਣਾਈ, ਉਹ ਤੁਹਾਨੂੰ ਇੰਨਾ ਪਿਆਰ ਸਤਿਕਾਰ ਦਿੰਦੇ ਹੈ, ਤੁਸੀਂ ਕਿਹੜੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਕਿ ਲੋਕ ਤੁਹਾਨੂੰ ਅੱਜ ਇੱਥੋਂ ਤੱਕ ਲੈ ਕੇ ਆਏ ਹੈ? ਇਹ ਵੇਖੋ ਜੀ, ਪਿੰਡ ਤਾਂ ਸਾਡਾ ਬਹੁਤ ਪੜ੍ਹਿਆ ਲਿਖਿਆ ਵਾ ਜੀ, ਇੱਥੋਂ ਦੇ ਯੂਥ ਵੀ ਜਿਹੜਾ NRI ਆ, ਔਰ ਵੈਸੇ ਵੀ ਅਫਸਰਸ਼ਾਹੀ ਪਿੰਡ, ਪੜ੍ਹੇ ਲਿਖੇ ਲੋਕ ਹੈ ਸਾਡੇ ਨਗਰ ਦੇ, ਪਰ ਫਿਰ ਵੀ ਇੱਕ ਮੁਕਾਮ ਹਾਸਲ ਕਰਨ ਵਾਸਤੇ, ਲੋਕਾਂ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਸਤੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਛੋਟੇ ਮੋਟੇ ਕੰਮ, ਪੈਨਸ਼ਨਾਂ ਵਗੈਰਾ ਜਾਂ ਹੋਰ ਕੋਈ ਨਿੱਜੀ ਆਪਣੇ ਘਰਾਂ ਦੇ ਕੰਮ, ਕੋਈ ਪਰਿਵਾਰਾਂ ਦੇ ਕੰਮ, ਕੋਈ ਦੁੱਖ ਸੁੱਖ ਦਾ ਹੋ ਜਾਂਦਾ ਪਿੰਡਾਂ ਦੇ ਵਿੱਚ, ਆਪਾਂ ਉਹ ਜਿਹੜਾ ਪਹਿਲ ਦੇ ਆਧਾਰ 'ਤੇ ਉਹਨਾਂ ਦੇ ਨਾਲ ਹਰ ਵਕਤ, ਚਾਹੇ ਉਹ ਰਾਤ ਦੇ 12 ਵਜੇ ਹੋਣ, ਜਿਹੜਾ ਟਾਈਮ ਮਰਜ਼ੀ ਹੋਵੇ, ਆਪਾਂ ਜਿੱਥੇ ਕੋਈ ਆਪਾਂ ਨੂੰ ਨਗਰ ਦਾ ਸਾਥੀ, ਕੋਈ ਵੀ ਬਜ਼ੁਰਗ ਜਾਂ ਕੋਈ ਨੌਜਵਾਨ ਜਾਂ ਕੋਈ ਪਿੰਡ ਦਾ ਵਾਸੀ, ਜਿਹੜਾ ਵੀ ਆਪਣਾ ਆਣ ਕੇ ਜਿੰਨੇ ਵੀ ਦਰਵਾਜ਼ਾ ਖੜਕਾਇਆ, ਆਪਾਂ ਉਸੇ ਟਾਈਮ ਉਹਨਾਂ ਦੇ ਨਾਲ ਤੁਰਦੇ ਹਾਂ ਜੀ। ਔਰ ਕੋਈ ਫੈਸਲਾ ਨਗਰ ਦਾ, ਕਿਸੇ ਵੀ ਕਿਸਮ ਦਾ, ਕਿਸੇ ਭੈਣ ਭਰਾ ਦਾ ਹੋਵੇ, ਪਹਿਲ ਦੇ ਆਧਾਰ 'ਤੇ ਉਹਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਬਸ ਇਹੋ ਹੀ ਆ, ਜਿਸ ਦੇ ਨਾਲ ਚੱਲ ਜਾਈਦਾ ਉਹ ਸਾਡੇ ਨਾਲ ਪਿਆਰ ਕਰਨ ਡੈ ਪੈਂਦਾ ਜੀ। ਬਿਲਕੁਲ ਇਹੋ ਹੀ ਪਿਆਰ ਸੰਗਤ ਦਾ ਜਿਹੜਾ ਅੱਜ ਇੱਥੋਂ ਤੱਕ ਆਪਾਂ ਨੂੰ ਲੈ ਆਇਆ ਜੀ। ਸਰ, ਤੁਹਾਡੇ ਪਿੰਡ ਦਾ ਨਾਮ ਬੋੜੂ ਹੈ, ਉਹਦਾ ਕੋਈ ਇਤਿਹਾਸ ਵਗੈਰਾ ਹੈ? ਬਿਲਕੁਲ ਜੀ, ਮੇਰਾ ਪਿੰਡ ਇਤਿਹਾਸਿਕ ਹੈ ਜੀ। ਸ਼ਹੀਦ ਭਾਈ ਬੋੜੂ ਜੀ ਜੋ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਹੋਏ ਹਨ, ਅਤੇ ਉਹ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਜੰਗ 'ਤੇ, ਔਰ ਗੁਰੂ ਪਾਤਸ਼ਾਹ ਨੇ ਉਹਨਾਂ ਦੀਆਂ ਸੰਗਤਾਂ ਨੇ ਉਸ ਟਾਈਮ 'ਤੇ ਇਹ ਨਗਰ ਉਹਨਾਂ ਦੇ ਨਾਂ 'ਤੇ ਵਸਾਇਆ ਕਿ ਸਾਡਾ ਸਿੱਖ ਸੀ ਉਹਨਾਂ ਦੇ ਨਾਂ 'ਤੇ, ਇਹ ਸ਼ਹੀਦ ਭਾਈ ਬੋੜੂ ਜੀ ਦੇ ਨਾਂ 'ਤੇ 2 ਬੋਰਡ ਲਾ ਕੇ, ਉੱਥੇ ਬੋਰਡ ਅੱਜ ਵੀ ਮੌਜੂਦ ਆ, ਇਤਿਹਾਸਿਕ ਗੁਰਦੁਆਰਾ ਬਣਿਆ, ਬਹੁਤ ਸੋਹਣੀ ਇਮਾਰਤਾਂ ਉੱਥੋਂ ਦੀਆਂ, ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਜੀ, ਅਤੇ ਉਹਨਾਂ ਦੇ ਨਾਂ 'ਤੇ ਪਿੰਡ, ਇਤਿਹਾਸਿਕ ਪਿੰਡ ਬੋੜੂ ਆ ਜੀ। ਠੀਕ ਹੈ ਸਰ, ਲੋਕਾਂ ਨੇ ਤੁਹਾਨੂੰ ਨੁਮਾਇੰਦਾ ਚੁਣਿਆ, ਉਸ ਹੋਣ ਦੇ ਨਾਤੇ ਤੁਸੀਂ ਆਉਣ ਵਾਲੇ ਟਾਈਮ 'ਚ ਕੀ ਕਰਨਾ ਚਾਹੁੰਦੇ ਹੋ, ਤੁਹਾਡਾ ਸੁਪਨਾ ਕੀ ਹੈ? ਮੇਰਾ ਸੁਪਨਾ ਤਾਂ ਇਹੋ ਹੈ ਜੀ, ਮੈਂ ਆਪਣੇ ਪਿੰਡ ਨੂੰ ਜਿੰਨਾ ਵੀ ਹੋ ਸਕਿਆ ਸਾਫ਼ ਸੁਥਰਾ ਬਣਾਉਣ ਦੀ ਕੋਸ਼ਿਸ਼ ਕਰਾਂ ਜੀ, ਔਰ ਜਿਹੜੀ ਡਿਵੈਲਪਮੈਂਟ ਸਰਕਾਰਾਂ ਦੇ ਵਿੱਚ ਜਿਸ ਤਰ੍ਹਾਂ ਹੋ ਜਾਂਦਾ ਕਿ ਪੰਚਾਇਤ ਕੋਈ ਬਣ ਜਾਂਦੀ ਹੈ, ਸਰਕਾਰ ਕੋਈ ਹੁੰਦੀ ਆ, ਆਹ ਮੈਨੂੰ ਵੀ ਦਿੱਕਤ ਆਈ ਹੈ ਜੀ। ਇਸ ਕਰਕੇ ਇੱਕ ਪਾਰਟੀ ਸਾਡੀ ਸੀ, ਉਹ 'ਚੋਂ ਕੋਈ ਮੇਰੇ ਵੀਰ ਜ਼ਿਆਦਾ ਖਲੋ ਗਏ, ਦੂਜੀ ਪਾਰਟੀ ਜਿੱਤ ਗਈ, ਬੜੀ ਵੱਡੀ ਪ੍ਰੋਬਲਮ ਆਈ। ਜਿੰਨਾ ਅਸੀਂ ਐਡੇ ਵੱਡੇ ਅਹੁਦਿਆਂ 'ਤੇ ਬੈਠੇ ਹਾਂ, MLA ਸਾਹਿਬ ਸਾਡੇ ਜਿਹੜੇ ਹਲਕੇ ਦੇ ਸਰਦਾਰ ਤਰਸੇਮ ਸਿੰਘ ਜੀ DC, ਜਿਹੜੇ 24 ਘੰਟੇ ਬੜਾ ਤਤਪਰ ਰਹਿੰਦੇ ਨੇ ਪਿੰਡਾਂ ਦੇ ਵਿਕਾਸ ਵਾਸਤੇ, ਫੰਡਸ ਮੁਹੱਈਆ ਕਰਵਾਉਣ ਵਾਸਤੇ, ਕੈਪਟਨ ਸਾਹਿਬ ਕੋਲ ਬਹੁਤ ਜ਼ਿਆਦਾ ਉਹਨਾਂ ਫੰਡ ਲਿਆਂਦਾ ਪਿੰਡਾਂ ਵਾਸਤੇ, ਮੇਰੇ ਪਿੰਡ ਵਾਸਤੇ ਬਹੁਤ ਕੁਝ ਉਹ ਵੀ ਕਰਨਾ ਚਾਹੁੰਦੇ, ਪਰ ਥੋੜ੍ਹੀ ਮਜਬੂਰੀ ਆ ਕਿ ਸਾਡੀ ਪੰਚਾਇਤ ਜਿਹੜੀ ਆ ਉਹ ਦੂਸਰੀ ਪਾਰਟੀ ਦੀ ਹੋਣ ਕਾਰਨ ਉਹ ਨਹੀਂ, ਥੋੜ੍ਹਾ ਜਾਣਦੇ ਨਹੀਂ, ਜਾਂ ਕਿਸ ਤਰ੍ਹਾਂ ਵੀ ਲਾ ਲਓ, ਇੱਕ ਦੂਜੇ ਨੂੰ ਜੋ ਪਿੰਡਾਂ ਦੇ ਵਿੱਚ ਚੱਲਦਾ ਤੁਹਾਨੂੰ ਵੀ ਪਤਾ ਹੈ, ਅਤੇ ਮੈਂ ਇਸ ਬਾਰੇ ਕੋਈ ਜ਼ਿਆਦਾ ਤੁਹਾਡੇ ਨਾਲ ਗੱਲ ਕਰ ਨਹੀਂ ਸਕਦਾ, ਪਰ ਜਿੰਨਾ ਮੇਰੇ ਕੋਲ ਮੇਰੇ ਸਾਥੀ ਜਿਹੜਾ ਮੇਰਾ ਸਾਥ ਦੇ ਰਹੇ ਆ, ਮੇਰੇ ਨਗਨ ਵਾਸੀ ਬਹੁਤ ਸਾਥ ਦੇ ਰਹੇ ਮੇਰਾ, ਜਿੰਨਾ ਮੇਰੇ ਕੋਲ ਬਣ ਪਾਉਂਦਾ ਮੈਂ ਉਹ ਨਗਰ ਦਾ ਵੀ ਕੰਮ ਕਰ ਰਿਹਾ ਜੀ ਇਸ ਟਾਈਮ। ਸਰ, ਅੱਜ ਦਾ ਇੱਕ ਮੁੱਦਾ ਚੱਲ ਰਿਹਾ ਕਿਸਾਨਾਂ ਨੂੰ ਲੈ ਕੇ ਜੀ, ਠੀਕ ਹੈ, ਉਹਦੇ ਵਿੱਚ ਜੋ ਮੋਦੀ ਸਰਕਾਰ ਨੇ ਆਰਡੀਨੈਂਸ ਬਿੱਲ ਪਾਸ ਕੀਤੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਇਹ ਤਾਂ ਸਾਡੇ ਪੰਜਾਬ ਨਾਲ ਨਹੀਂ, ਸਾਡੇ ਦੇਸ਼ ਦੇ ਕਿਸਾਨਾਂ ਨਾਲ ਬਹੁਤ ਵੱਡਾ ਧੱਕਾ ਜੋ ਸੈਂਟਰ ਗੌਰਮੈਂਟ ਨੇ ਕੀਤਾ ਜੀ। ਇਹ ਕਿਸਾਨਾਂ ਨਾਲ ਜੋ ਧੱਕਾ ਆਇਆ, ਇਕੱਲਾ ਕਿਸਾਨਾਂ ਨਾਲ ਨਹੀਂ ਰਹਿ ਜਾਣਾ, ਕਿਸਾਨ ਦੇ ਨਾਲ ਜੋ ਵੀ ਜੁੜਿਆ ਕਾਰੋਬਾਰੀ,
ਚਾਹੇ ਕੋਈ ਦੁਕਾਨਦਾਰ ਹੈ, ਚਾਹੇ ਕੋਈ ਫੈਕਟਰੀ ਵਾਲਾ, ਚਾਹੇ ਕੋਈ ਵੀ ਬੰਦਾ ਜਿਹੜਾ ਕਿਸਾਨੀ ਦੇ ਨਾਲ ਰਿਲੇਟਡ ਆ, ਇਹ ਸਾਰਿਆਂ ਨੂੰ ਬੜਾ ਘਾਟਾ ਪੈਣਾ ਇਸ ਚੀਜ਼ ਦਾ। ਮੋਦੀ ਨੇ ਜੋ ਆਰਡੀਨੈਂਸ ਲਿਆਂਦਾ ਹੈ, ਇਹ ਬਹੁਤ ਹੀ ਮੰਦਭਾਗਾ ਬਿੱਲ ਜਿਹੜਾ ਇਹਨਾਂ ਨੇ ਪਾਸ ਕੀਤਾ, ਸਾਡੀ ਕਿਸਾਨੀ ਨੂੰ ਤਬਾਹ ਕਰ ਦੇਗਾ ਜੀ। ਮੈਂ ਇਹਨੂੰ ਚੰਗਾ ਨਹੀਂ ਸਮਝਦਾ। ਸਰ, ਸਾਡੇ ਚੈਨਲ ਰਾਹੀਂ ਤੁਸੀਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਮੈਂ ਇਹੋ ਸੰਦੇਸ਼ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਜੋ ਪਹਿਲਾ ਦੌਰ 10-15 ਸਾਲ ਲੰਘਿਆ, ਨਸ਼ੇ ਦਾ ਦੌਰ ਜਿਹੜਾ ਲੰਘ ਚੁੱਕਿਆ, ਔਰ ਮੈਂ ਹੁਣ ਕੁਝ ਸ਼ਾਂਤੀ ਹੋਈ ਹੈ, ਕੁਝ ਨਹੀਂ ਬਹੁਤ ਜ਼ਿਆਦਾ ਸ਼ਾਂਤੀ ਹੋਈ ਹੈ, ਤਾਂ ਮੈਂ ਇਹੋ ਹੀ ਬੇਨਤੀ ਕਰੂੰਗਾ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਕਿ ਮਿਹਨਤ ਕਰੋ, ਮਿਹਨਤ ਕਰਕੇ ਅੱਗੇ ਵਧੋ, ਆ ਨਸ਼ਿਆਂ ਦੇ ਕੋਟ ਤੋਂ ਜਿਹੜਾ ਉਹ ਬਚੋ। ਠੀਕ ਹੈ ਜੀ, ਸਰਕਾਰਾਂ ਤਾਂ ਬਹੁਤ ਕੁਝ ਕੀਤਾ, ਕਰ ਵੀ ਰਹੀਆਂ ਨੇ, ਅਤੇ ਸਾਡੀ ਸਰਕਾਰ ਨੇ ਵੀ ਬੜਾ ਕੁਝ ਕੀਤਾ ਇਸ ਨਸ਼ੇ ਦੇ ਵਿਰੁੱਧ, ਅਤੇ ਪਰ ਕੁਝ ਸਾਨੂੰ ਵੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਜੀ। ਇਹ ਸੀ ਸਰਦਾਰ ਅਰਜਨ ਸਿੰਘ ਜੀ, ਮੀਤ ਪ੍ਰਧਾਨ ਕਾਂਗਰਸ ਕਮੇਟੀ ਦੇ, ਜਿਨ੍ਹਾਂ ਨੇ ਸਾਡੇ ਪ੍ਰਸ਼ਨਾਂ ਦੇ ਉੱਤਰ ਬੜੇ ਹੀ ਬੇਬਾਕੀ ਨਾਲ ਦਿੱਤੇ। ਇਸੇ ਤਰ੍ਹਾਂ ਮਿਲਵਾਉਂਦੇ ਰਹਾਂਗੇ ਹੋਰ ਹਸਤੀਆਂ ਦੇ ਨਾਲ। ਸਤਿ ਸ਼੍ਰੀ ਅਕਾਲ।